ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਖੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਜੀ ਪਾਤਸ਼ਾਹੀ ਦਸਵੀਂ। ਜਿਸ ਵਕਤ ਆਨੰਦਪੁਰ ਵਿੱਚ ਬੈਠਿਆਂ ਨੂੰ ਸਿੱਖਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਿਰ ਦਿੱਤਾ ਤਾਂ ਕਲਗੀਧਰ ਜੀ ਪਿਤਾ ਦਾ ਸਿਰ ਦੇਖ ਕੇ ਇਹ ਆਵਾਜ਼ ਕੀਤੀ, ਤੇਗ ਬਹਾਦਰ ਕੇ ਚਲਤ ਪਇਓ ਜਗਤ ਮੈਂ ਸੋਕ, ਹੈ 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 ਸਭ ਜਗ ਪਇਓ, ਜੈ 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 ਸੁਰ ਲੋਕ। ਪੁਨਾ ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ, ਸਾਧਨ ਹੇਤ ਇਤੀ ਜਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਇਤਿਆਦਿਕ ਵਾਕ ਰਹੇ, ਫਿਰ ਸੀਸ ਨੂੰ ਲੇਕਰ ਗੁਰੂ ਸਾਹਿਬ ਨੇ ਵਿਧੀ ਪੂਰਵਕ ਸੰਸਕਾਰ ਕੀਤਾ ਤੇ ਆਪ ਗੁਰਿਆਈ ਦਾ ਕਾਰੋਬਾਰ ਕਰਨ ਲੱਗੇ। ਇਹ ਗੁਰੂ ਸਾਹਿਬ ਪੋਹ ਸੁਦੀ 7 ਸੰਮਤ 1732 ਬਿਕਰਮੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਪਟਨੇ ਸ਼ਹਿਰ ਵਿਖੇ ਪ੍ਰਗਟ ਹੋਏ ਤੇ ਸੰਮਤ 1723 ਬਿਕਰਮੀ ਮੱਘਰ ਸੁਦੀ 5 ਨੂੰ ਗੁਰਿਆਈ ਪਾਈ ਅਤੇ ਅਦਭੁਤ ਕੌਤਕ ਦਿਖਾ ਕੇ ਸਾਰੀ ਉਮਰ 42 ਵਰਸ 2 ਮਹੀਨੇ ਘੱਟ ਭੋਗ ਕੇ 1765 ਬਿਕਰਮੀ ਕੱਤਕ ਸੁਦੀ 5 ਨੂੰ ਸ਼੍ਰੀ ਅਬਚਲ ਨਗਰ ਵਿਖੇ ਜੋਤੀ ਜੋਤ ਸਮਾਏ। ਦੁਨੀਆਂ ਭਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਦੀ ਕੋਈ ਨਜ਼ੀਰ ਨਜ਼ਰ ਨਹੀਂ ਆਉਂਦੀ। ਜੈਸਾ ਕਿ ਇਹਨਾਂ ਕਰ ਦਿਖਾਈ, ਇਹਨਾਂ ਗੁਰੂ ਸਾਹਿਬਾਂ ਦਾ ਜੀਵਨ ਚਰਿੱਤਰ ਇਤਨਾ ਹੈ ਕਿ ਜੇਕਰ ਇੰਨੀ ਵੱਡੀ ਇੱਕ ਹੋਰ ਜਨਮ ਸਾਖੀ ਬਣ ਜਾਏ ਤਾਂ ਵੀ ਨਾ ਮੁੱਕੇ। ਇਸ ਲਈ ਇਹਨਾਂ ਦੇ ਜਨਮ ਤੋਂ ਲੈ ਕੇ ਸਾਰੇ ਦੇ ਸਾਰੇ ਪ੍ਰਸੰਗ ਛੱਡ ਦਿੱਤੇ ਹਨ, ਪਰੰਤੂ ਇੱਕ ਪ੍ਰਸੰਗ ਚਮਕੌਰ ਵਾਲਾ ਮੇਰੇ ਪਾਸੋਂ ਛੱਡਿਆ ਨਹੀਂ ਜਾਂਦਾ ਤੇ ਉਹ ਬਾਰ ਬਾਰ ਯਾਦ ਆਉਂਦਾ ਹੈ। ਇਸ ਲਈ ਕੇਵਲ ਉਹ ਪ੍ਰਸੰਗ ਵਿਖਾ ਕੇ ਇਸ ਪੁਸਤਕ ਨੂੰ ਸੰਪੂਰਨ ਕੀਤਾ ਜਾਏਗਾ। ਇਸ ਤੋਂ ਪਹਿਲਾਂ ਕਿ ਮੈਂ ਚਮਕੌਰ ਦਾ ਪ੍ਰਸੰਗ ਦੱਸਾਂ, ਇਹ ਵੀ ਆਖੇ ਬਗੈਰ ਨਹੀਂ ਰਹਿ ਸਕਦਾ ਕਿ ਜੈਸਾ ਪਿਆਰ ਸ਼੍ਰੀ ਗੁਰੂ ਸਾਹਿਬ ਜੀ ਨੂੰ ਹਿੰਦੂ ਧਰਮ ਦਾ ਸੀ, ਵੈਸਾ ਹੋਰ ਕਿਸੇ ਨੂੰ ਅੱਜ ਤੱਕ ਨਹੀਂ ਹੋਇਆ। ਉਹਨਾਂ ਦੇ ਕੰਮ ਦੱਸ ਰਹੇ ਹਨ ਕਿ ਉਹ ਹਮੇਸ਼ਾ ਜ਼ਾਲਮਾਂ ਦੇ ਵਿਰੁੱਧ ਰਹੇ। ਜੇਕਰ ਇਹ ਕਹੀਏ ਕਿ ਉਹ ਮੁਸਲਮਾਨ ਕੰਮ ਦੇ ਵਿਰੁੱਧ ਸੇ ਤਾਂ ਵੀ ਨਹੀਂ, ਕਿਉਂਕਿ ਜੇਕਰ ਉਹਨਾਂ ਦੇ ਵਿਰੁੱਧ ਹੁੰਦੇ ਤਾਂ 500 ਪਠਾਨ ਦਾਮਲੇ ਦੇ ਨੌਕਰ ਨਾ ਰੱਖਦੇ, ਤੇ ਜੇਕਰ ਹਿੰਦੂਆਂ ਦੇ ਨਿਰੇ ਪੱਖੀ ਹੁੰਦੇ ਤਾਂ ਮਸੰਦਾਂ ਨੂੰ ਤੇਲ ਦੇ ਕੜਾਹਿਆਂ ਦੇ ਵਿੱਚ ਪਾ ਕੇ ਕਿਉਂ ਸਾੜਦੇ। ਇਸ ਤੋਂ ਇਹ ਸਿੱਧ ਹੋਇਆ ਕਿ ਉਹ ਜ਼ੁਲਮ ਨੂੰ ਦੂਰ ਕਰਨ ਵਾਸਤੇ ਪ੍ਰਿਥਵੀ ਤੇ ਆਏ ਸੀ ਤੇ 7 ਧਰਮ ਦਾ ਪ੍ਰਚਾਰ ਕਰਨਾ ਉਹਨਾਂ ਦਾ ਅਸਲੀ ਅਸੂਲ ਸੀ, ਜੈਸਾ ਕਿ ਉਹਨਾਂ ਦੇ ਵਾਕਾਂ ਤੋਂ ਵੀ ਸਾਬਿਤ ਹੈ। ਯਥਾ ਸ਼੍ਰੀ ਮੁੱਖ ਵਾਕ ਵਚਿੱਤਰ ਨਾਟਕ ਵਿੱਚ, ਹਮ ਇਹ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਅਨ ਪਕੜ ਪਛਾੜੋ, ਇਹ ਕਾਜ ਧਰਾਂ ਹਮ ਜਨਮ, ਸਮਝ ਲੇ ਸਾਧੂ ਸਭ ਮਨਮ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸੁਭਨ ਕੋ ਮੂਲ ਉਪਾਰਨ। ਇਤਿਹਾਦਿਕ ਸ਼੍ਰੀ ਗੁਰੂ ਕਲਗੀਧਰ ਜੀ ਜਿਸ ਕੰਮ ਵਾਸਤੇ ਅਕਾਲ ਪੁਰਖ ਦੀ ਤਰਫੋਂ ਆਏ ਸੀ, ਉਸੇ ਕੰਮ ਨੂੰ ਪੂਰਾ ਕਰਨ ਦੇ ਫਿਕਰ ਦੇ ਵਿੱਚ ਲੱਗ ਗਏ ਤੇ ਗੱਦੀ ਪਰ ਬੈਠਦੇ ਹੀ ਸਰਬ ਖਾਲਸੇ ਨੂੰ ਹੁਕਮ ਦੇ ਦਿੱਤਾ ਕਿ ਜੋ ਸਿੱਖ ਸਾਡੇ ਵਾਸਤੇ ਚੰਗਾ ਘੋੜਾ ਤੇ ਚੰਗਾ ਸ਼ਸਤਰ ਲਿਆਵੇ ਉਹ ਅਸੀਂ ਉਸ ਤੋਂ ਬਹੁਤ ਖੁਸ਼ ਹੋਵਾਂਗੇ। ਇਸ ਹੁਕਮ ਨੂੰ ਸੁਣ ਕੇ ਸਭ ਸੰਗਤਾਂ ਦੂਰੋਂ ਦੂਰੋਂ ਸ਼ਸਤਰ ਘੋੜੇ ਲਿਆਉਣ ਲੱਗੀਆਂ ਤੇ ਮਹਾਰਾਜ ਜੀ ਨੇ ਵੀ ਜੰਗ ਦੇ ਸਮਾਨ ਮੁਹੱਈਆ ਕਰਾ ਕੇ ਫੌਜੀ ਭਰਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸੇ ਹੁਕਮ ਨੂੰ ਸੁਣ ਕੇ ਸੰਮਤ 1737 ਬਿਕਰਮੀ ਦੇ ਵਿੱਚ ਅਸਾਮ ਦੇ ਰਾਜੇ ਧਰਮ ਰਾਏ ਦਾ ਪੁੱਤਰ ਰਤਨ ਰਾਏ, ਜੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਸੀ, ਸ਼੍ਰੀ ਕਲਗੀਧਰ ਜੀ ਦੇ ਪਾਸ ਆਨੰਦਪੁਰ ਵਿੱਚ ਇੱਕ ਪੰਜ ਕਲਾ ਸ਼ਸਤਰ, ਜਿਸ ਦੀ ਕਲਾ ਦਬਾਉਣ ਦੇ ਨਾਲ ਬਰਸ਼ੀ, ਬੰਦੂਕ, ਪੇਸ਼ਕਸ਼ਬਾਜ਼ੀ, ਪਿਸਤੌਲ, ਗੁਰਜ, ਇਹ 5 ਹਥਿਆਰ ਬਣ ਜਾਂਦੇ ਸੀ, ਭੇਟਾ ਵਾਸਤੇ ਲਿਆਇਆ ਤੇ ਚੰਦਨ ਦੀ ਚੌਂਕੀ ਜਿਸ ਪਰ ਇਸ਼ਨਾਨ
ਦੇ ਵਕਤ ਚਾਰ ਪੁਤਲੀਆਂ ਹਾਜ਼ਰ ਹੋ ਜਾਂਦੀਆਂ ਸੀ ਤੇ ਪੰਜ ਦਰਿਆਈ ਘੋੜੇ, ਇੱਕ ਪ੍ਰਸ਼ਾਦੀ ਹਾਥੀ, ਸਭ ਕੁਝ ਸਿੱਖਿਆ ਹੋਇਆ ਸੀ। ਇਹ ਵੀ ਭੇਟਾ ਲਿਆਇਆ ਜੋ ਗੁਰੂ ਸਾਹਿਬ ਨੇ ਖੁਸ਼ੀ ਦੇ ਨਾਲ ਮਨਜ਼ੂਰ ਕੀਤੀ। ਜਿਸ ਵਕਤ ਗੁਰੂ ਸਾਹਿਬ ਦੇ ਪਾਸ ਕਾਫੀ ਤਾਦਾਦ ਫੌਜ ਦੀ ਹੋ ਗਈ ਤਾਂ ਉਹਨਾਂ ਨੇ ਜ਼ਾਲਮਾਂ ਦੇ ਮੁਕਾਬਲੇ ਵਾਸਤੇ ਕਮਰ ਬੱਧੀ, ਪਰੰਤੂ ਗੁਰੂ ਸਾਹਿਬ ਨੇ ਇਹ ਸੋਚਿਆ ਕਿ ਹਿੰਦੂ ਕੌਮ ਐਸੀ ਗਿਰ ਗਈ ਹੈ ਜੋ ਇਹ ਮੁਸਲਮਾਨਾਂ ਦਾ ਨਾਮ ਸੁਣ ਕੇ ਡਰਦੀ ਹੈ, ਇਸ ਵਿੱਚ ਮੁਕਾਬਲੇ ਦੀ ਤਾਕਤ ਹੀ ਨਹੀਂ, ਤਾਂ ਇੱਕ ਤੀਸਰਾ ਪੰਜ ਖਾਲਸਾ ਰਚ ਕੇ ਇਹਨਾਂ ਦੁਸ਼ਟਾਂ ਦਾ ਨਾਸ਼ ਕਰੀਏ। ਇਹੀ ਸੋਚ ਕੇ ਗੁਰੂ ਸਾਹਿਬ ਨੇ ਕੇਸਗੜ੍ਹ ਦਰਬਾਰ ਲਗਾ ਕੇ ਸੰਮਤ 1746 ਬਿਕਰਮੀ 1 ਵਿਸਾਖ ਨੂੰ ਖਾਲਸਾ ਰਚਿਆ। ਸਾਰੀ ਫੌਜ ਦੇ ਵਿੱਚੋਂ ਪਹਿਲੇ ਦਿਨ ਪੰਜ ਸਿੰਘੀ ਤਲਵਾਰ ਦੇ ਹੇਠ ਸਿਰ ਦੇਣ ਵਾਸਤੇ ਨਿਤਰੇ। ਗੁਰੂ ਸਾਹਿਬ ਨੇ ਕਨਾਤ ਵਿੱਚ ਪੰਜ ਬੱਕਰੇ ਸਭ ਤੋਂ ਉੱਪਰੇ ਹੀ ਲਿਆ ਰੱਖੇ ਸੀ ਤੇ ਫਿਰ ਹੱਥ ਵਿੱਚ ਨੰਗੀ ਤਲਵਾਰ ਕਰਕੇ ਆਖਿਆ, ਕੋਈ ਹੈ ਸਿੱਖ ਜੋ ਸਿਰ ਦੇਵੇ? ਚਮਕਦੀ ਤਲਵਾਰ ਤੇ ਲਾਲ ਅੱਖਾਂ ਨੂੰ ਦੇਖ ਕੇ ਬਹੁਤ ਲੋਕ ਖਿਸਕ ਗਏ, ਪਰੰਤੂ ਸਭ ਤੋਂ ਪਹਿਲੇ ਭਾਈ ਦਇਆ ਸਿੰਘ ਜੀ ਖੱਤਰੀ ਨੇ ਉੱਠ ਕੇ ਆਖਿਆ, ਹੇ ਭਗਵਾਨ, ਸਿਰ ਤਾਂ ਉਸੇ ਦਿਨ ਦੇ ਚੁੱਕੇ ਜਿਸ ਦਿਨ ਆਪ ਦੇ ਸਿੱਖ ਬਣੇ। ਗੁਰੂ ਸਾਹਿਬ ਉਸ ਨੂੰ ਕਨਾਤ ਦੇ ਅੰਦਰ ਲੈ ਗਏ ਤੇ ਇੱਕ ਪਾਸੇ ਬਿਠਾ ਕੇ ਇੱਕ ਬੱਕਰਾ ਝਟਕਾ ਕੇ ਲਹੂ ਦੀ ਭਿੱਜੀ ਤਲਵਾਰ ਨੂੰ ਲੈ ਕੇ ਬਾਹਰ ਆਏ ਤੇ ਬਚਨ ਕੀਤਾ, ਕੋਈ ਹੈ ਸਿੱਖ ਜੋ ਸਿਰ ਦੇਵੇ? ਫਿਰ ਭਾਈ ਧਰਮ ਸਿੰਘ ਜੀ ਜੱਟ ਖੜਾ ਹੋਇਆ। ਏਦਾਂ ਹੀ ਫਿਰ ਹਿੰਮਤ ਸਿੰਘ ਜੀ ਕਰਾਹ ਉੱਠਿਆ ਤੇ ਫਿਰ ਸਾਹਿਬ ਸਿੰਘ ਨਾਈ ਹਾਜ਼ਰ ਹੋਇਆ ਤੇ ਫਿਰ ਮੁਹਕਮ ਸਿੰਘ ਛਿੰਬਾ ਅੱਗੇ ਆਇਆ। ਜਦ ਇਹ ਪੰਜ ਆ ਚੁੱਕੇ ਤਾਂ ਗੁਰੂ ਸਾਹਿਬ ਨੇ ਇਹਨਾਂ ਪੰਜਾਂ ਨੂੰ ਨਵੀਨ ਵਸਤਰ ਸਜਾ ਕੇ ਬਾਹਰ ਲਿਆਂਦਾ ਤੇ ਆਖਿਆ, ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਇੱਕ ਗੁਰੂ ਅੰਗਦ ਜੀ ਹੀ ਸਾਬਤ ਰਹੇ ਸੀ ਤੇ ਹੁਣ ਤਾਂ ਪੰਜ ਸਾਬਤ ਰਹੇ ਨੇ। ਅਸੀਂ ਭਰੋਸਾ ਕਰਦੇ ਹਾਂ ਕਿ ਮਾਰਾਂਗੇ ਜ਼ਾਲਮਾਂ ਦੁਸ਼ਟਾਂ ਨੂੰ। ਇਹ ਕਹਿ ਕੇ ਆਪ ਆਪੇ ਅੰਮ੍ਰਿਤ ਛਕਾਇਆ ਤੇ ਫਿਰ ਉਹਨਾਂ ਨੂੰ ਛਕਾਇਆ ਤੇ ਰਹਿਤ ਦੱਸੀ, ਫਿਰ ਉਹਨਾਂ ਤੋਂ ਆਪ ਅੰਮ੍ਰਿਤ ਛਕਿਆ ਤੇ ਬਚਨ ਕੀਤਾ, ਵਾਹੇ ਵਾਹੇ ਗੋਬਿੰਦ ਸਿੰਘ ਆਪੇ ਗੁਰਚਿਲ। ਪੁਨਾ ਇਸ ਆਸ਼ੇ ਨੂੰ ਲੈ ਕੇ ਭਾਈ ਗੁਰਦਾਸ ਜੀ ਨੇ ਇਸ ਪ੍ਰਕਾਰ ਲਿਖਿਆ, ਯਥਾ ਵਾਰ ਭਾਈ ਗੁਰਦਾਸ ਜੀ ਦੇ ਵਿੱਚੋਂ, 1,25,000 ਸੇ ਏਕ ਲੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ, ਚਿੜੀਅਨ ਤੇ ਮੈਂ ਬਾਜ ਤੁੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਪੰਥ ਰਚਨ ਦੇ ਬਾਅਦ ਗੁਰੂ ਸਾਹਿਬ ਨੇ ਆਨੰਦਗੜ੍ਹ, ਲੋਹਗੜ੍ਹ, ਫਤਿਹਗੜ੍ਹ ਆਦਿਕ ਕਿਲੇ ਰਚੇ ਤੇ ਭੰਗਾਣੀ ਆਦਿਕ ਦੇ ਜੰਗ ਕੀਤੇ। ਖੈਰ ਇਹ ਦੂਸਰੀ ਗੱਲ ਜਿਸਦਾ ਬਿਰਤਾਂਤ ਇੱਥੇ ਨਹੀਂ ਲਿਖਣਾ, ਮੈਂ ਕੇਵਲ ਇਹ ਦੱਸਣਾ ਹੈ ਕਿ ਗੁਰੂ ਸਾਹਿਬ ਨੇ ਕੈਸਾ ਉਪਕਾਰ ਭਾਰਤ ਵਰਸੀ ਹਿੰਦੂਆਂ ਉੱਪਰ ਕੀਤਾ। ਮੈਂ ਇਸ ਗੱਲ ਨੂੰ ਜ਼ੋਰ ਦੇ ਨਾਲ ਕਹਿੰਦਾ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਹੁੰਦੇ ਤਾਂ ਅੱਜ ਇੱਕ ਵੀ ਹਿੰਦੂ ਨਜ਼ਰ ਨਾ ਆਉਂਦਾ, ਪਰੰਤੂ ਅਫਸੋਸ ਕਿ ਜਿਸ ਗੁਰੂ ਸਾਹਿਬ ਨੇ ਸਾਡੀ ਖਾਤਰ ਪਹਿਲੇ ਆਪਣੇ ਪਿਆਰੇ ਪਿਤਾ ਨੂੰ ਕੁਰਬਾਨ ਕਰਾਇਆ, ਫਿਰ ਸ਼ਾਹੀ ਸਮਾਨ ਸਾਰੇ ਦਾ ਸਾਰਾ ਲੁਟਾ ਦਿੱਤਾ, ਜਿਸਨੇ ਆਪਣੇ ਜਿਗਰ ਦੇ ਟੋਟੇ ਗੁਲਾਬ ਦੇ ਫੁੱਲ, ਛੋਟੇ ਛੋਟੇ ਸਾਹਿਬਜ਼ਾਦੇ ਆਪਣੀਆਂ ਅੱਖਾਂ ਦੇ ਸਾਹਮਣੇ ਤਲਵਾਰਾਂ ਦੇ ਨਾਲ ਸ਼ਹੀਦ ਹੁੰਦੇ ਵੇਖੇ, ਜਿਸਨੇ ਦੋ ਛੋਟੇ ਛੋਟੇ ਸਾਹਿਬਜ਼ਾਦੇ ਕੰਧ ਵਿੱਚ ਧਰਮ ਰੱਖਿਆ ਵਾਸਤੇ ਚਿਣੇ ਜਾਣ ਲਈ ਦਿੱਤੇ, ਜਿਸਨੇ ਲੱਖਾਂ ਦਾ ਮੁਕਾਬਲਾ ਇੱਕ ਇੱਕ ਨਾਲ ਕਰਾਇਆ, ਜਿਸਨੇ ਆਪਣੇ ਪਿਆਰੇ ਸਿੱਖ ਦੇ ਲੱਖਾਂ ਸਿੱਖ ਧਰਮ ਰੱਖਿਆ ਵਾਸਤੇ ਬਲੀ ਕਰਾਈ, ਜਿਸਨੇ ਆਪਣੇ ਸਿੱਖ ਦੇ ਦਿਲ ਵਿੱਚ ਐਸਾ ਅੰਮ੍ਰਿਤ ਭਰਿਆ ਕਿ ਉਹਨਾਂ ਧਰਮ ਵਾਸਤੇ ਬੰਧ ਬੰਧ ਕਟਾਏ ਤੇ ਨੱਕ ਤੱਕ ਨਾ ਚੜਾਇਆ, ਜਿਸਨੇ ਮੁਰਦੇ ਹਿੰਦੂਆਂ ਨੂੰ ਪੰਜ ਪੰਜ ਚੁੱਲ੍ਹੇ ਅੰਮ੍ਰਿਤ ਦੇ ਪਿਆ ਕੇ ਮੁੜ ਹਰੇ ਕੀਤਾ, ਜਿਸਨੇ ਆਪਣੀ ਸਾਰੀ ਉਮਰ ਦੁੱਖ ਤੇ ਭੁੱਖ 'ਚ ਗੁਜ਼ਾਰੀ, ਜੋ ਸਾਡੇ ਲਈ ਨੰਗੇ ਪੈਰੀ ਝਾੜੀਆਂ ਤੇ ਪਹਾੜੀਆਂ 'ਚ ਫਿਰਦਾ ਰਿਹਾ, ਜੋ ਸਾਡੇ ਲਈ ਘਰ ਛੱਡ ਕੇ ਵਤਨੋਂ ਬੇਵਤਨ ਹੋਇਆ, ਜਿਸਨੇ ਸਿਵਾਏ ਇੱਕ ਅਕਾਲ ਦੇ ਹੋਰ ਕਿਸੇ ਨੂੰ ਨਾ ਪੁਜਾਇਆ, ਜਿਸਨੇ ਬੱਕਰੀਆਂ ਤੇ ਚਿੜੀਆਂ 'ਚੋਂ ਸ਼ੇਰਾਂ ਤੇ ਬਾਜਾਂ ਦਾ ਸ਼ਿਕਾਰ ਕਰਾਇਆ, ਜਿਸਨੇ ਵਿਚਾਰੇ ਜੱਟ ਗਰੀਬਾਂ ਨੂੰ ਰਾਜ ਦਵਾਇਆ, ਸੱਚ ਪੁੱਛੋ ਤਾਂ ਭਾਰਤ ਦਾ ਡੁੱਬਾ ਜਹਾਜ਼ ਕਿਨਾਰੇ ਲਗਾਇਆ ਤੇ ਤੁਸਾਂ ਉਸਦਾ ਕੀ ਕਦਰ ਪਾਇਆ?
ਪਿਆਰੇ ਪਾਠਕ, ਗੁਰੂ ਸਾਹਿਬ ਦੇ ਉਪਕਾਰਾਂ ਅਤੇ ਦੁੱਖਾਂ ਦੀ ਇੱਕ ਲੰਮੀ ਕਹਾਣੀ ਹੈ ਜਿਸ ਦੇ ਲਿਖਣ ਦੇ ਲਈ ਮੈਂ ਤਾਕਤ ਨਹੀਂ ਰੱਖਦਾ ਤੇ ਨਾ ਹੀ ਇੱਥੇ ਗੁੰਜਾਇਸ਼ ਹੈ। ਇਸ ਲਈ ਮੈਂ ਆਪਣੇ ਉੱਪਰਲੇ ਇਕਰਾਰ ਬਮੂਜਮ ਗੁਰੂ ਸਾਹਿਬ ਦਾ ਇਹ ਹੀ ਜੰਗ ਆਪਣੇ ਆਪ ਨੂੰ ਸੁਣਾ ਕੇ ਇਹ ਪ੍ਰਸੰਗ ਸੰਪੂਰਨ ਕਰਾਂਗਾ। ਆਪ ਜ਼ਰਾ ਧਿਆਨ ਦੇ ਕੇ ਸੁਣੋ ਕਿਉਂਕਿ ਗੱਲ ਸੁਣਨ ਵਾਲੀ ਹੈ। ਚਮਕੌਰ ਦਾ ਜੰਗ। ਇਸ ਜੰਗ ਤੋਂ ਪਹਿਲਾਂ ਕਈ ਜੰਗ ਹੋ ਚੁੱਕੇ ਸੀ ਤੇ ਕਈ ਵਾਰੀ ਪਹਾੜੀ ਰਾਜੇ ਬਾਈ ਧਾਰਾਂ ਦੇ ਇਕੱਠੇ ਹੋ ਕੇ ਵੀ ਗੁਰੂ ਜੀ ਦੇ ਨਾਲ ਮੁਕਾਬਲਾ ਕਰ ਮੁੜੇ ਤੇ ਬਹੁਤ ਸਾਰੀਆਂ ਫੌਜਾਂ ਔਰੰਗਜ਼ੇਬ ਦੀਆਂ ਵੀ ਗੁਰੂ ਸਾਹਿਬ ਦੇ ਹੱਥੋਂ ਘਾਇਲ ਹੋ ਚੁੱਕੀਆਂ ਸਨ। ਗੁਰੂ ਸਾਹਿਬ ਦਾ ਤੀਰ 2-2 ਕੋਸ ਤੱਕ ਮਾਰ ਕਰਦਾ ਸੀ, ਇਸ ਲਈ ਇੱਕ ਤੀਰ 20 ਤੇ 40-40 ਨੂੰ ਮਾਰਦਾ ਸੀ। ਇਸ ਵਕਤ ਔਰੰਗਜ਼ੇਬ ਨੇ ਲਾਹੌਰ ਤੇ ਸੂਬੇ ਦਿਲਾਵਰ ਖਾਂ ਤੇ ਕਸ਼ਮੀਰ ਦੇ ਸੂਬੇ ਜ਼ਬਰਦਸਤ ਖਾਂ ਤੇ ਪੇਸ਼ਾਵਰ ਦੇ ਸੂਬੇ ਨਜ਼ਾਵਤ ਖਾਂ ਨੂੰ ਤਕੀਦੀ ਹੁਕਮ ਲਿਖਿਆ ਕਿ ਤੁਹਾਨੂੰ ਕੋਈ ਬਰਸ ਲੜਦਿਆਂ ਹੋ ਗਏ, ਅਜੇ ਤੱਕ ਥੋੜ੍ਹੇ ਥੋੜ੍ਹੇ ਜਿਹੇ ਸਿੰਘ ਕਾਬੂ ਨਾ ਆਏ, ਬਹੁਤ ਜਲਦ ਮੇਰੇ ਪਾਸ ਗੁਰੂ ਗੋਬਿੰਦ ਸਿੰਘ ਨੇ ਪਕੜ ਕੇ ਭੇਜੋ, ਨਹੀਂ ਤਾਂ ਤੁਹਾਨੂੰ ਵੀ ਨੁਕਸਾਨ ਪਹੁੰਚਾਏਗਾ। ਇਸ ਹੁਕਮ ਨੂੰ ਸੁਣ ਕੇ ਸੂਬਿਆਂ ਨੇ, ਫੌਜਾਂ ਨੇ ਪਿੰਡਾਂ ਦੇ ਪਿੰਡ ਇਕੱਠੇ ਕਰ ਲਏ ਤੇ ਅਫਸੋਸ ਪਹਾੜੀ ਰਾਜੇ ਵੀ ਸਾਰੇ ਦੇ ਸਾਰੇ ਡਰਦੇ ਮਾਰੇ ਮੁਸਲਮਾਨੀ ਫੌਜ ਦੇ ਨਾਲ ਹੀ ਸ਼ਾਮਲ ਹੋ ਗਏ। ਇਹ ਸਾਰੀ ਫੌਜ ਰਲ ਕੇ 10 ਲੱਖ ਹੋ ਗਈ ਤੇ ਅਨੰਦਪੁਰ ਦੇ ਚਾਰੋਂ ਤਰਫ ਆ ਉਤਰੀ ਤੇ 10-10 ਕੋਸ ਤੱਕ ਘੇਰਾ ਕੱਤ ਲਿਆ। ਗੁਰੂ ਸਾਹਿਬ ਦੇ ਪਾਸ ਕੇਵਲ 10,000 ਸਿੰਘ ਸੀ ਜੋ ਅੰਦਰ ਘੇਰੇ ਗਏ। ਭੋੜਕ 22 ਜੇਠ ਸੰਮਤ 1761 ਬਿਕਰਮੀ ਨੂੰ ਘਟਾਂ ਦੀ ਤਰ੍ਹਾਂ ਦੁਸ਼ਮਣਾਂ ਨੇ ਕਿਲੇ ਦੇ ਉੱਤੇ ਹੱਲਾ ਕਰ ਦਿੱਤਾ। ਜਦੋਂ ਨੇੜੇ ਆਏ ਤਾਂ ਸਿੰਘਾਂ ਨੇ ਬਾੜ ਝਾੜਨੀ ਸ਼ੁਰੂ ਕਰਤੀ, ਬੇਸ਼ੁਮਾਰ ਸ਼ਤਰੂ ਥਾਂਏ ਰੱਖੇ, ਇਸੇ ਤਰ੍ਹਾਂ ਬਹੁਤ ਹੱਲੇ ਕੀਤੇ ਪਰ ਕਿਲ੍ਹਾ ਨਾ ਟੁੱਟਿਆ। ਆਖਿਰ ਘੇਰਾ ਪਾ ਕੇ ਬੈਠ ਗਏ ਤੇ ਘਾਸ ਦਾਣਾ ਅੰਦਰ ਜਾਣਾ ਸਾਰਾ ਕੁਛ ਬੰਦ ਕਰ ਦਿੱਤਾ। ਯਦਪਿ ਕਿਲ੍ਹੇ ਦੇ ਅੰਦਰ ਬਹੁਤ ਸਮਾਨ ਜਮ੍ਹਾਂ ਸੀ ਪਰ 5 ਮਹੀਨੇ ਤੱਕ ਘੇਰਾ ਘੱਤ ਰੱਖਣੇ ਇਹ ਸਭ ਜ਼ਖੀਰਾ ਮੁੱਕ ਗਿਆ। ਮੁੱਠੀ ਮੁੱਠੀ ਕੱਚੇ ਛੋਲੇ ਚੱਬ ਕੇ ਸਿੱਖ ਲੜਦੇ ਰਹੇ। ਜਦੋਂ ਗੁਰੂ ਸਾਹਿਬ ਨੇ ਦੇਖਿਆ ਕਿ ਹੁਣ ਇੱਥੋਂ ਨਿਕਲਣਾ ਮੁਸ਼ਕਿਲ ਹੈ ਤਾਂ ਸਭ ਖਜ਼ਾਨੇ, ਬਰਤਨ, ਤੋਪਾਂ, ਜ਼ੰਬੂਰੇ ਦਰਿਆ ਸਤਲੁਜ ਦੇ ਵਿੱਚ ਸੁੱਟਵਾਤੇ। ਹਾਥੀ, ਘੋੜੇ, ਬੈਲ, ਊਂਟ ਬਹੁਤ ਭੁੱਖੇ ਮਰ ਚੁੱਕੇ ਸੀ ਤੇ ਬਾਕੀ ਜੋ ਮਰਨ ਵਾਲੇ ਦੇਖੇ ਸੋ ਦੂਨ ਕਹਿਲੂਰ ਦੀ ਤਰਫ ਤੋਰਤੇ। ਗੁਰੂ ਸਾਹਿਬ ਹਰ ਇੱਕ ਦੇ ਮੋਰਚੇ 'ਚ ਜਾ ਕੇ ਹੌਸਲਾ ਦੇ ਕੇ ਲੜਾਉਂਦੇ ਰਹੇ ਤੇ ਸਿੱਖ ਵੀ ਜਾਨਾਂ ਤੋੜ ਤੋੜ ਕੇ ਲੜਦੇ ਰਹੇ ਪਰ ਭੁੱਖ ਨੇ ਸਭ ਨੂੰ ਵਿਆਕੁਲ ਕਰ ਦਿੱਤਾ ਸੀ। ਉੱਧਰ ਸ਼ਾਹੀ ਅਫਸਰ ਤੇ ਰਾਜੇ ਵੀ ਲੜਦੇ ਲੜਦੇ ਬਹੁਤ ਤੰਗ ਆ ਗਏ। ਦੇਸ਼ ਬਰਬਾਦ ਹੋ ਗਿਆ, ਦਾਣਾ ਘਾਸ ਨਾ ਮਿਲੇ, ਇੱਕ ਪਲ ਵੀ ਆਰਾਮ ਦਾ ਨਾ ਗੁਜਰੇ, ਹਰ ਵਕਤ ਚਿੰਤਾ ਹੀ ਲੱਗੀ ਰਹਿੰਦੀ। ਇਸ ਕਰਕੇ ਉਹਨਾਂ ਨੇ ਫਰੇਬ ਇਸ ਤਰ੍ਹਾਂ ਕੀਤਾ ਕਿ ਇੱਕ ਪੱਤਰਿਕਾ ਇੱਕ ਮਜ਼ਮੂਨ ਲਿਖੀ ਜੋ ਤੁਸੀਂ ਆਪਣੇ ਮਾਲ ਜਾਨ ਨੂੰ ਲੈ ਕੇ ਕਿਤੇ ਚਲੇ ਜਾਓ, ਅਸੀਂ ਤੁਹਾਡੇ ਮਾਲ ਜਾਨ ਨੂੰ ਨਹੀਂ ਛੇੜਾਂਗੇ, ਤੁਹਾਨੂੰ ਆਪਣੇ ਕੁਰਾਨ ਦੀ ਕਸਮ ਹੈ। ਇਹ ਪੱਤਰਿਕਾ ਵਕੀਲ ਦੇ ਹੱਥ ਗੁਰੂ ਸਾਹਿਬ ਦੇ ਪਾਸ ਭੇਜਦੀ। ਯਦਪਿ ਗੁਰੂ ਸਾਹਿਬ ਨੇ ਉਹਨਾਂ ਦੀ ਕਸਮ ਪਰ ਇਤਬਾਰ ਤਾਂ ਨਾ ਕੀਤਾ, ਪਰੰਤੂ ਮਸੰਦਾਂ ਦੇ ਸਿਖਾਉਣੇ ਤੇ ਮਾਤਾ ਸਾਹਿਬ ਦੇ ਸਿੱਖਾਂ ਨੇ ਬਹੁਤ ਹੱਠ ਕਰਕੇ ਕਿਹਾ ਕਿ ਜੇਕਰ ਤੁਸੀਂ ਕਿਲ੍ਹਾ ਨਹੀਂ ਛੱਡਦੇ ਤਾਂ ਅਸੀਂ ਆਪਣੇ ਆਪ ਚਲੇ ਜਾਵਾਂਗੇ। ਹੁਣ ਸਾਥੋਂ ਭੁੱਖੇ ਮਰ ਕੇ ਲੜਿਆ ਨਹੀਂ ਜਾਂਦਾ। ਫਿਰ ਗੁਰੂ ਸਾਹਿਬ ਨੇ ਆਖਿਆ ਕਿ 5 ਦਿਨ ਤੱਕ ਤੁਸੀਂ ਹੋਰ ਔਖੇ ਸੌਖੇ ਹੋ ਕੇ ਲੜੋ, ਸ਼ਾਹੀ ਫੌਜ ਆਪੇ ਚਲੀ ਜਾਏਗੀ। ਜੇ ਹੁਣ ਆਪਾਂ ਬਾਹਰ ਨਿਕਲੋਂਗੇ ਤਾਂ ਇਹ ਤੁਹਾਨੂੰ ਦੁਰਦਸ਼ਾ ਕਰਕੇ ਮਾਰ ਦੇਣਗੇ। ਇਹਨਾਂ ਦੀ ਕਸਮ ਸੌਂ ਦਾ ਕੋਈ ਇਤਬਾਰ ਨਹੀਂ ਹੈ, ਜੇ ਤੁਸੀਂ ਨਹੀਂ ਮੰਨਦੇ ਤਾਂ ਅਜ਼ਮਾ ਕੇ ਦੇਖ ਲਓ। ਇਹ ਕਹਿ ਕੇ ਗੁਰੂ ਸਾਹਿਬ ਨੇ ਬਾਹਰ ਕਹਿ ਭੇਜਿਆ ਭਾਰ ਬਰਦਾਰੀ ਵਾਸਤੇ ਊਂਠ, ਖੱਤਰ, ਖੱਚਰ, ਗੱਡੇ ਭੇਜ ਦਿਓ, ਅਸੀਂ ਕਿਲ੍ਹਾ ਛੱਡਦੇ ਹਾਂ। ਉਹਨਾਂ ਨੇ ਬੜੀ ਖੁਸ਼ੀ ਮਨਾਈ ਤੇ ਬੈਲ ਗੱਡੇ ਭੇਜ ਦਿੱਤੇ। ਗੁਰੂ ਸਾਹਿਬ ਨੇ ਟੁੱਟੇ ਤੋਬਰੇ, ਕਾਠੀਆਂ, ਠੀਕਰੇ, ਪੱਥਰ ਬੋਰੀਆਂ 'ਚ ਭਰ ਕੇ ਬੈਲਾਂ ਦੇ ਉੱਪਰ ਲਦਵਾ ਕਰ ਰਾਤ ਦੇ ਸਮੇਂ ਮਸ਼ਾਲਾਂ ਜਗਾਏ ਕਰ ਤੋਰ ਦਿੱਤੇ। ਹਜੇ ਥੋੜ੍ਹੀ ਹੀ ਦੂਰ ਗਏ ਸੀ ਕਿ ਦੁਸ਼ਮਣ ਲੁੱਟਣ ਆ ਪਏ।
ਤੇ ਸਾਰਾ ਕੁਛ ਲੈ ਗਏ ਤੇ ਜਦ ਖੋਲਣ ਤਾਂ ਦੇਖਣ ਦੇਖ ਸ਼ਰਮਿੰਦਾ। ਹੁਣ ਤਦ ਗੁਰੂ ਸਾਹਿਬ ਨੇ ਸਿੱਖਾਂ ਨੂੰ ਇਹ ਦ੍ਰਿਸ਼ਟਾਂਤ ਦਿਖਾ ਕੇ ਧੀਰਜ ਦਿੱਤਾ ਤੇ ਬਹੁਤ ਸਮਝਾਇਆ, ਜਿਸ ਕਰਕੇ ਹੋਰ 2 ਦਿਨ ਤੱਕ ਸਿੱਖ ਲੜਦੇ ਰਹੇ, ਪਰ ਭੁੱਖੇ ਤੇ ਜੰਗ ਦੇ ਦੁੱਖਾਂ ਨੇ ਸਿੱਖਾਂ ਨੂੰ ਠਹਿਰਨ ਨਾ ਦਿੱਤਾ। ਐਸੇ ਲਾਲਚ ਹੋਏ ਜੋ ਆਪ ਤੋਂ ਆਪ ਕਿਲਾ ਛੱਡਣ ਨੂੰ ਤਿਆਰ ਹੋ ਗਏ। ਜਦ ਗੁਰੂ ਸਾਹਿਬ ਨੇ ਦੇਖਿਆ ਕਿ ਸਿੱਖ ਨਹੀਂ ਠਹਿਰਦੇ ਤਾਂ ਇਹ ਫਰਮਾਇਆ ਕਿ ਜੇਕਰ ਤੁਸੀਂ ਮੇਰੇ ਅੱਖੇ ਨਹੀਂ ਲੱਗਦੇ ਤਾਂ ਇਹ ਲਿਖ ਜਾਓ ਕਿ ਅਸੀਂ ਗੁਰੂ ਕੇ ਸਿੱਖ ਨਹੀਂ। ਜੋ ਇਸੇ ਤਰ੍ਹਾਂ 200 ਸਿੱਖ ਵਿਦਾਵਾ ਲਿਖ ਕੇ ਚਲੇ ਗਏ। ਗੁਰੂ ਸਾਹਿਬ ਨੇ ਵਿਦਾਵੇ ਵਾਲਾ ਕਾਗਜ਼ ਤੇ ਨੇਮ ਕਸਮ ਵਾਲਾ ਕਾਗਜ਼ ਦੋਵੇਂ ਆਪਣੀ ਜੇਬ 'ਚ ਪਾ ਲਏ ਤੇ 15 ਮੱਘਰ ਸੰਨ 1761 ਬਿਸਵੀਂ ਨੂੰ ਪਹਿਲੇ ਦਿਨ ਤੇ ਵੇਲੇ ਤਾਂ ਮਾਈਆਂ ਦੇ ਡੋਲੇ ਤੇ ਪੋਥੀਆਂ ਦੇ ਗੱਢ ਭਰ ਕੇ ਭਾਈ ਧਰਮ ਸਿੰਘ, ਮੋਕਮ ਸਿੰਘ, ਈਸ਼ਰ ਸਿੰਘ, ਮਿਲਖਾ ਸਿੰਘ ਤੇ ਜਵਾਹਰ ਸਿੰਘ ਆਦਿਕ ਸਰਦਾਰਾਂ ਨੂੰ 200 ਸਿੰਘਾਂ ਦੇ ਨਾਲ ਦੇ ਕੇ ਸਿਰਮੌਰ ਰਾਜਾ ਦੇ ਰਾਜ ਦੇ ਤਰਫ਼ ਤੋਰ ਦਿੱਤਾ ਅਤੇ ਗੁਲਾਬ ਰਾਏ ਸ਼ਿਆਮ ਨੂੰ ਚਿੱਠੀ ਦੇ ਕੇ ਰਾਜੇ ਦੇ ਪਾਸ ਭੇਜਿਆ। ਫਿਰ ਯਥਾ ਯੋਗ ਪ੍ਰਸ਼ਾਦ ਛਕਾ ਕੇ ਗੁਰੂ ਸਾਹਿਬ ਵੀ ਸਰਬ ਖਾਲਸੇ ਨੂੰ ਤੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਅੰਮ੍ਰਿਤ ਵੇਲੇ ਆਨੰਦਪੁਰੋਂ ਕਿਲ੍ਹਾ ਨਿਕਲ ਤੁਰੇ ਤੇ ਜਦ ਕੀਰਤਪੁਰ ਲੰਘੇ ਤਾਂ ਮੁਸਲਮਾਨਾਂ ਨੇ ਖਬਰ ਪਾ ਕੇ ਹੱਲਾ ਕਰ ਦਿੱਤਾ। ਬਹੁਤ ਫੌਜਾਂ ਤੇ ਕਿਲ੍ਹੇ ਨੇ ਸ਼ਹਿਰ ਲੁੱਟਣ ਜਾ ਪਈ, ਬਾਕੀ ਦੀ ਸਭ ਫੌਜ ਗੁਰੂ ਸਾਹਿਬ ਦੇ ਪਿੱਛੇ ਤਾਈ। ਜਦ ਗੁਰੂ ਸਾਹਿਬ ਜੀ ਧਨੌਲਕਾ ਕੀਰਤਪੁਰ ਲੰਘ ਕੇ ਸਰਸਾ ਨਦੀ ਦੇ ਨਜ਼ਦੀਕ ਆਏ ਤਾਂ ਨਦੀ ਚੜ੍ਹੀ ਹੋਈ ਸੀ, ਇਸ ਕਰਕੇ ਸਭ ਅਸਬਾਬ ਡੋਲੇ ਗੱਡੇ ਰੁਕ ਗਏ। ਇਤਨੇ ਨੂੰ ਪਾਤਸ਼ਾਹੀ ਫੌਜ ਆ ਪਹੁੰਚੀ। ਗੁਰੂ ਸਾਹਿਬ ਨੇ ਸਾਹਿਬਜ਼ਾਦੇ ਅਜੀਤ ਸਿੰਘ ਦੇ ਸਮੇਤ ਕਈ ਜਗ੍ਹਾ ਸਿੰਘਾਂ ਨੂੰ ਲੜਾਕਰ ਵੈਰੀਆਂ ਨੂੰ ਬਹੁਤ ਦੇਰ ਤੱਕ ਰੋਕਿਆ, ਪਰ ਨਦੀ ਨੂੰ ਕਿਸੇ ਨੂੰ ਪਾਰ ਨਾ ਹੋਣ ਦਿੱਤਾ। ਪਰ ਅਨੇਕ ਸਿੰਘ ਤਲਵਾਰ ਤੇ ਨਦੀ ਦੀ ਧਾਰ ਦੇ ਵਿੱਚ ਹੀ ਬਹਿ ਗਏ। ਅਸਬਾਬ ਦੇ ਭਰੇ ਹੋਏ ਗੱਡੇ ਲੁੱਟੇ ਗਏ, ਮਾਤਾ ਸਾਹਿਬਾਂ ਦੇ ਰੱਥ ਡੋਲੇ ਉੱਥੇ ਹੀ ਰਹਿ ਗਏ। ਮਾਈਆਂ ਨੂੰ ਬੜੀ ਮੁਸ਼ਕਿਲ ਦੇ ਨਾਲ ਸਿੱਖਾਂ ਨੇ ਪਾਰ ਕੀਤਾ, ਜਿੱਧਰ ਜਿਸਦਾ ਮੂੰਹ ਹੋ ਗਿਆ ਉੱਧਰ ਹੀ ਗਿਆ। ਇੱਕ ਨੂੰ ਦੂਸਰੇ ਦੀ ਸੰਭਾਲ ਨਹੀਂ ਰਹੀ ਸੀ। ਵੱਡੀ ਮਾਤਾ ਜੀ ਦੋਵੇਂ ਸਾਹਿਬਜ਼ਾਦਿਆਂ ਨੂੰ ਇੱਕ ਤਾਂ ਖੱਚਰ ਪਰ ਚੜ੍ਹਾ ਕੇ ਘਰ ਦਾ ਨੌਕਰ ਰਸੋਈਆ ਬ੍ਰਾਹਮਣ ਆਪਣੇ ਪਿੰਡ ਖੇੜੀ ਜੋ ਕਿ ਮੁਰਿੰਡੇ ਦੇ ਪਾਸ ਹੈ ਲੈ ਗਿਆ। ਉੱਥੇ ਜਾ ਕੇ ਪਾਪੀ ਨੇ ਲਾਲਚ ਬਦਲੇ ਤੁਰਕਾਂ ਨੂੰ ਪਕੜਾ ਦਿੱਤਾ। ਗੁਰੂ ਸਾਹਿਬ ਦੇ ਦੋਹਾਂ ਮਹਿਲਾਂ ਨੂੰ ਮਰਦਾਵੇ ਭੇਸ ਕਰਾ ਕੇ ਜਵਾਹਰ ਸਿੰਘ ਆਦਿਕ ਦਿੱਲੀ ਦੇ ਵਿੱਚ ਆਪਣੇ ਘਰ ਲੈ ਗਏ। ਇਹਨਾਂ ਦੇ ਨਾਲ ਬੀਬੀ ਭਾਗੋ, ਦੋਵੇਂ ਟਹਿਲਣਾ ਤੇ ਭਾਈ ਮਨੀ ਸਿੰਘ ਜੀ ਗਏ। ਇੱਧਰ ਗੁਰੂ ਸਾਹਿਬ ਦੋਵੇਂ ਵੱਡੇ ਸਾਹਿਬਜ਼ਾਦਿਆਂ ਤੇ ਦਇਆ ਸਿੰਘ ਆਦਿ 100 ਵਾਰ ਸਿੰਘ ਦੇ ਨਾਲ ਨਦੀ ਪਾਰ ਹੋ ਕੇ ਰੋਪੜ ਨੂੰ ਆਏ। ਇੱਥੇ ਵੀ ਰੋਪੜੀਏ ਪਠਾਨਾਂ ਨੇ ਇਹਨਾਂ ਨੂੰ ਘੇਰਨਾ ਚਾਹਿਆ, ਪਰ ਗੁਰੂ ਸਾਹਿਬ ਉਹਨਾਂ ਦਾ ਮੂੰਹ ਮੋੜ ਕੇ ਅੱਗੇ ਲੰਘ ਗਏ ਤੇ ਦੁਆਜ਼ਰੇ ਬਾਹਮਣ ਮਾਜਰੇ ਨੂੰ ਹੋ ਕੇ ਚਮਕੌਰ ਪਿੰਡੀ ਦੇ ਇੱਕ ਕੱਚੀ ਗੜੀ ਦੇ ਵਿੱਚ ਦਿਨ ਦੇ ਵਕਤ ਜਾ ਵੜੇ। ਪਰ ਇੱਥੇ ਪਹੁੰਚਣ ਤੱਕ ਗੁਰੂ ਸਾਹਿਬ ਦੇ ਪਾਸ ਸਿਰਫ 40 ਸਿੱਖ ਤੇ ਸਾਹਿਬਜ਼ਾਦੇ ਹੀ ਰਹਿ ਗਏ ਤੇ ਸਹੀ ਤੇ ਬਾਕੀ ਸਿੱਖਾਂ ਦੇ ਸਮੇਤ ਇੱਕ ਪਹਾੜੀ ਦੀ ਆੜ ਇੱਕ ਭਾਈ ਉਦੈ ਸਿੰਘ ਬੜੀ ਦੇਰ ਤੱਕ ਲੜਕੇ ਸ਼ਹੀਦ ਹੋਇਆ, ਇਸ ਕਰਕੇ ਗੁਰੂ ਸਾਹਿਬ ਜੀ ਦੇ ਪਿੱਛੇ ਫੌਜ ਨਾ ਗਈ। ਜਦੋਂ ਸੂਬੇ ਸਰਹਿੰਦ ਨੇ ਉਦੈ ਸਿੰਘ ਦਾ ਸਿਰ ਦੇਖਿਆ ਤਾਂ ਆਖਿਆ ਕਿ ਇਹ ਗੁਰੂ ਨਹੀਂ। ਤਦ ਸ਼ਾਹੀ ਫੌਜ ਖਬਰ ਪਾ ਕੇ ਚਮਕੌਰ ਦੀ ਤਰਫ ਆਈ। ਤਦ ਗੁਰੂ ਸਾਹਿਬ ਨੇ ਇਸੇ ਤਰ੍ਹਾਂ ਲੜਾਈ ਕਰਨੀ ਸ਼ੁਰੂ ਕੀਤੀ ਕਿ ਇੱਕ ਸਿੰਘ ਨੂੰ ਬਾਹਰ ਨਿਕਾਲਣ ਤੇ ਉਹ ਕਈਆਂ ਨੂੰ ਮਾਰ ਕੇ ਜਦੋਂ ਸ਼ਹੀਦ ਹੋ ਜਾਵੇ ਤਾਂ ਉਸੇ ਤਰ੍ਹਾਂ ਦੂਸਰੇ ਨੂੰ ਮੈਦਾਨ ਜੰਗ ਦੇ ਵਿੱਚ ਭੇਜਣ। ਜਦ ਇਸੇ ਤਰ੍ਹਾਂ ਲੜਦਿਆਂ 2-3 ਪਹਿਰ ਹੋ ਗਿਆ ਤਾਂ ਸਿੰਘ ਵੀ ਬਹੁਤ ਥੋੜੇ ਰਹਿ ਗਏ। ਜਦੋਂ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਨੇ ਹੱਥ ਜੋੜ ਕੇ ਆਖਿਆ, ਆਗਿਆ ਮੰਗੀ, ਤਾਂ ਗੁਰੂ ਸਾਹਿਬ ਨੇ ਬੜੀ ਖੁਸ਼ੀ ਨਾਲ ਪਿੱਠ ਠੋਕ ਕੇ ਆਖਿਆ, ਹੇ ਪੁੱਤਰ, ਖੱਤਰੀ ਦਾ ਧਰਮ ਹੈ ਕਿ ਰਣ ਵਿੱਚ ਪਿੱਠ ਨਾ ਦਿਖਾਵਣੀ ਤੇ ਧਰਮ ਦੇ ਵਾਸਤੇ ਇਹ ਮਿਥਿਆ ਸਰੀਰ ਦੇਕਰ ਸੁਜਸ ਖੱਟਣਾ। ਤਬ ਸਾਹਿਬਜ਼ਾਦੇ ਨੇ ਬੜੀ ਖੁਸ਼ੀ ਦੇ ਨਾਲ ਕਦਮ ਉਠਾਇਆ ਅਤੇ ਸਾਹਿਬ ਸਿੰਘ, ਮੋਕਮ ਸਿੰਘ ਪਿਆਰੇ ਵੀ
ਗੁਰੂ ਸਾਹਿਬ ਤੋਂ ਆਗਿਆ ਲੈ ਕੇ ਨਾਲ ਹੀ ਹੋ ਗਏ ਤਾਂ ਲਲਕਾਰੇ ਦੇ ਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਚਾਰਦੇ ਹੋਏ ਸ਼ੇਰਾਂ ਦੀ ਤਰ੍ਹਾਂ ਸ਼ਤਰੂਆਂ ਦੇ ਦਲ 'ਚ ਜਾ ਵੜੇ। ਮਿਰਜ਼ਾ ਤਾਹਿਰ ਬੇਗ ਅਤੇ ਜਾਫਰ ਅਲੀ ਖਾਂ ਅਤੇ ਨੂਰ ਖਾਂ ਤਿੰਨੇ ਸਰਦਾਰ ਆ ਭਿੜੇ ਸਾਹਿਬਜ਼ਾਦੇ ਦਾ ਜੰਗ ਦੇਖਣ ਵਾਸਤੇ। ਅੰਦਰੋਂ ਗੁਰੂ ਸਾਹਿਬ ਤੇ ਬਾਹਰੋਂ ਵੱਡੇ ਵੱਡੇ ਲੋਕ ਉੱਚੀ ਜਗ੍ਹਾ ਬੈਠ ਗਏ। ਵਾਹ ਵਾਹ ਦੀ ਆਵਾਜ਼, ਜੁਝਾਊ ਬਾਜੇ ਦੀ ਗਾਜ, ਤਲਵਾਰਾਂ ਦੀ ਚਮਕ ਬਿਜਲੀਆਂ ਦੀ ਤਰ੍ਹਾਂ ਦਿਖਾਈ ਦੇ ਰਹੀ ਸੀ। ਸੂਰਮੇ ਜਿਉਂ ਜਿਉਂ ਜ਼ਖਮ ਦਾ ਸਵਾਦ ਚੱਖਦੇ ਤਿਉਂ ਤਿਉਂ ਅੱਗੇ ਨੂੰ ਪੈਰ ਰੱਖਦੇ ਸੀ। ਇਸ ਪ੍ਰਕਾਰ ਅਨੇਕਾਂ ਨੂੰ ਮਾਰ ਕੇ ਪੁਰਜੇ ਪੁਰਜੇ ਹੋ ਕਰ ਤਿੰਨੇ ਸ਼ਹੀਦੀਆਂ ਪਾ ਗਏ। ਜਦੋਂ ਵੱਡਾ ਭਾਈ ਸ਼ਹੀਦ ਹੋ ਗਿਆ ਤਾਂ ਛੋਟੇ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਉਸਦੇ ਨਾਮ ਪਰ ਵਾਹ ਵਾਹ ਤੇ ਧੰਨ ਧੰਨ ਦੀ ਆਵਾਜ਼ ਹੁੰਦੀ ਸੁਣ ਕੇ ਜੰਗ 'ਚ ਜਾਣ ਦੇ ਲਈ ਗੁਰੂ ਸਾਹਿਬ ਜੀ ਦਾ ਇਸ਼ਾਰਾ ਚਾਹਿਆ। ਗੁਰੂ ਸਾਹਿਬ ਨੇ ਉਸੇ ਵਕਤ ਸਾਹਿਬਜ਼ਾਦੇ ਦਾ ਮੂੰਹ ਤੋਂ ਦਸਤਾਰ ਸਜਾ ਕਰ ਛੋਟੀ ਜਿਹੀ ਤਲਵਾਰ ਪਕੜਾਈ ਤੇ ਮੱਥਾ ਚੁੰਮ ਕੇ ਪਿੱਠ ਠੋਕ ਕਰ ਆਖਿਆ ਕਿ ਬੇਟਾ ਜਾਓ ਔਰ ਦੁਸ਼ਮਣਾਂ ਨੂੰ ਮਾਰ ਕੇ ਸ਼ਹੀਦ ਹੋ ਜਾਓ। ਛੋਟਾ ਸਾਹਿਬਜ਼ਾਦਾ ਜਦ ਉੱਠ ਕੇ ਚੱਲਿਆ ਤਾਂ ਮੁਸਲਮਾਨੀ ਫੌਜ ਨੂੰ ਜੋ ਕਾਲੀਆਂ ਘਟਾ ਦੀ ਤਰ੍ਹਾਂ ਉਮੜ ਰਹੀ ਸੀ ਦੇਖ ਕੇ ਦਹਿਲ ਗਿਆ ਤੇ ਪਿੱਛੇ ਮੁੜ ਕੇ ਗੁਰੂ ਸਾਹਿਬ ਦੇ ਪਾਸੋਂ ਪਾਣੀ ਪੀਣ ਵਾਸਤੇ ਮੰਗਿਆ। ਪਰ ਗੁਰੂ ਜੀ ਨੇ ਉਸਦਾ ਅਸਲ ਮਤਲਬ ਸਮਝ ਕੇ ਫਰਮਾਇਆ ਕਿ ਹੇ ਬੇਟਾ, ਤੇਰੇ ਵਾਸਤੇ ਹੁਣ ਇੱਥੇ ਪਾਣੀ ਨਹੀਂ, ਹੁਣ ਤੇਰਾ ਪਾਣੀ ਤੇਰੇ ਬੜੇ ਭਾਈ ਦੇ ਪਾਸ ਹੈ। ਇਹ ਵਚਨ ਸੁਣ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸ਼ੇਰ ਦੀ ਤਰ੍ਹਾਂ ਗਰਜ ਕੇ ਮੈਦਾਨ 'ਚ ਆ ਗਿਆ ਤੇ ਇਸੇ ਵਕਤ ਹਿੰਮਤ ਸਿੰਘ, ਨੰਦ ਸਿੰਘ, ਆਲਮ ਸਿੰਘ ਨੇ ਵੀ ਗੁਰੂ ਜੀ ਤੋਂ ਆਗਿਆ ਲੈ ਕੇ ਸਾਹਿਬਜ਼ਾਦੇ ਦਾ ਸਾਥ ਕੀਤਾ ਤੇ ਸੈਨਾ ਦੇ ਵਿੱਚ ਬਿਜਲੀ ਵਾਂਗੂ ਜਾਪੇ ਤੇ ਅਨੇਕ ਸਰਦਾਰ ਅਸਮਤ ਖਾਂ, ਨਾਹਰ ਖਾਂ ਅਦਿਕ ਨੂੰ ਮਾਰ ਕੇ ਗੁਰੂ ਸਾਹਿਬ ਦੇ ਸਾਹਮਣੇ ਮੈਦਾਨ ਜੰਗ ਵਿੱਚ ਸ਼ਹੀਦੀ ਹਾਸਲ ਕੀਤੀ। ਇਤਨੇ ਚਿਰ ਨੂੰ ਰਾਤ ਪੈ ਗਈ ਤੇ ਗੁਰੂ ਸਾਹਿਬ ਨੇ ਚਾਰ ਸਿੱਖਾਂ ਨੂੰ ਚੌਹੀ ਪਾਸੀ ਰਾਤ ਭਰ ਤੀਰ ਚਲਾਵਣ ਦਾ ਹੁਕਮ ਦਿੱਤਾ ਤੇ ਆਪਣੀ ਸਾਰੀ ਪੋਸ਼ਾਕ ਸੰਤ ਸਿੰਘ ਨੂੰ ਦੇ ਕੇ ਉੱਥੇ ਛੱਡਿਆ ਤੇ ਆਪ ਰਾਤ ਨੂੰ ਹੀ ਉੱਥੋਂ ਨੰਗੇ ਪੈਰੀ ਭੇਸ ਪਲਟ ਕੇ ਨਿਕਲ ਤੁਰੇ। ਰਾਤ ਦੇ ਵਕਤ ਨੰਗੀ ਪੈਰੀ ਝਾੜੀਆਂ, ਪਹਾੜੀਆਂ, ਹਜ਼ਾਰਾਂ ਤਕਲੀਫਾਂ ਉਠਾ ਕੇ ਉੱਚ ਦੇ ਪੀਰ ਬਣ ਕੇ ਕਈਆਂ ਦਿਨਾਂ ਦੇ ਵਿੱਚ ਆਲਮਗੀਰ ਪਿੰਡ ਪਹੁੰਚੇ। ਇੱਥੇ ਭਾਈ ਮਨੀ ਸਿੰਘ ਜੀ ਦੇ ਸਕੇ ਭਾਈ ਨਗਾਈਆ ਸਿੰਘ ਨੇ ਸੇਵਾ ਕੀਤੀ ਤੇ ਇੱਕ ਘੋੜਾ ਨਜ਼ਰ ਕੀਤਾ ਜਿਸ ਪਰ ਸਵਾਰ ਹੋ ਕੇ ਸਿਲੋਆਣੀ ਪਿੰਡ ਵਿੱਚ ਆਏ ਤੇ ਰਾਏ ਕੱਲੇ ਦੀ ਆਦਮੀ ਭੇਜ ਕੇ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਮੰਗਾਈ, ਜੋ ਉਸਨੇ ਆ ਕੇ ਇਸ ਤਰ੍ਹਾਂ ਸੁਣਾਈ। ਮਹਾਰਾਜ ਜੀ ਜਿਸ ਵਕਤ ਅਨੰਦਪੁਰੋਂ ਨਿਕਲੇ ਸੀ ਤਾਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਉਸ ਵਕਤ 8 ਬਰਸ ਦੇ ਸੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੋ ਕਿ 6 ਬਰਸ ਦੇ ਸੀ ਤੇ ਵੱਡੀ ਮਾਤਾ ਗੁਜਰੀ ਜੀ ਸਮੇਤ ਬਹੁਤ ਸਾਰੇ ਜ਼ੇਵਰ ਆਪਣੇ ਘਰ ਦੇ ਰਸੋਈਏ ਦੇ ਨਾਲ ਖੇੜੀ ਪਿੰਡ ਪੁੱਜ ਗਏ ਅਤੇ ਦੁਸ਼ਟ ਬ੍ਰਾਹਮਣਾਂ ਨੇ ਧੰਨਤਾ ਲਾਲਚ ਕਰਕੇ ਆਪ ਰੱਖ ਲਿਆ ਤੇ ਦੋਹਾਂ ਸਾਹਿਬਜ਼ਾਦਿਆਂ ਨੂੰ ਨਾਜ਼ਮ ਸਰਹਿੰਦ ਦੇ ਕੋਲ ਪਕੜਵਾ ਦਿੱਤਾ। ਨਾਜ਼ਮ ਦੁਸ਼ਟ ਮਾਤਾ ਸਾਹਿਬ ਨੂੰ ਕਿਲੇ ਵਿੱਚ ਕੈਦ ਕੀਤਾ ਤੇ ਦੋਹਾਂ ਸਾਹਿਬਜ਼ਾਦਿਆਂ ਨੂੰ ਆਪਣੇ ਰੂਬਰੂ ਬੁਲਾ ਕੇ ਆਖਣ ਲੱਗਾ ਕਿ ਜੇਕਰ ਮੁਸਲਮਾਨ ਬਣ ਜਾਓ ਤਾਂ ਤੁਹਾਡਾ ਛੁਟਕਾਰਾ ਨਹੀਂ ਤਾਂ ਸਖ਼ਤ ਤਕਲੀਫਾਂ ਦੇ ਕੇ ਮਾਰੇ ਜਾਓਗੇ। ਇਹ ਸੁਣ ਕੇ ਦੋਹਾਂ ਨੇ ਆਖਿਆ, ਪਾਪੀ, ਅਸੀਂ ਉਸ ਹਰਗੋਬਿੰਦ ਸਾਹਿਬ ਜੀ ਦੇ ਪੜਪੋਤਰੇ ਤੇ ਉਸ ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਹੋ ਕੇ ਧਰਮ ਨੂੰ ਲਾਜ ਲਾਈਏ ਤੇ ਛੋੜੇ ਚਿਰ ਜੀਵਨ ਦੇ ਵਾਸਤੇ ਅਧਰਮੀ ਹੋ ਕੇ ਮਰੀਏ। ਓੜਕ ਸਰਹੰਦ ਦੇ ਨਾਮਜ਼ਨ ਨੇ ਹੁਕਮ ਦਿੱਤਾ ਕਿ ਇਹਨਾਂ ਨੂੰ ਕੰਧ 'ਚ ਚੁਣ ਦਿਓ। ਦੋਹਾਂ ਸਾਹਿਬਜ਼ਾਦਿਆਂ ਨੂੰ ਗਜ ਗਜ ਦੀ ਵਿੱਥ ਤੇ ਖੜੇ ਕਰਤਾ ਤੇ ਦੋਹਾਂ ਦੇ ਗਿਰਦ ਕੰਧ ਚਿਣੀ ਜਾਣ ਲੱਗੀ। ਜਦੋਂ ਗੋਡਿਆਂ ਤੱਕ ਕੰਧ ਚਿਣੀ ਗਈ ਤਾਂ ਨਾਜ਼ਮ ਨੇ ਫਿਰ ਆਖਿਆ, ਹਜੇ ਵੀ ਵੇਲਾ ਹੈ, ਜੇ ਮੁਸਲਮਾਨ ਬਣ ਜਾਓ ਤਾਂ। ਸਾਹਿਬਜ਼ਾਦਿਆਂ ਨੇ ਫਿਰ ਵੀ ਉਹੀ ਜਵਾਬ ਦਿੱਤਾ ਜੋ ਪਹਿਲੇ ਦਿੱਤਾ ਸੀ। ਨਾਜ਼ਮ ਪੱਥਰ ਵਰਗੇ ਦਿਲ ਨੇ ਫਿਰ ਕੰਧ ਉਸਾਰਨ ਦਾ ਹੁਕਮ ਦਿੱਤਾ। ਜਦੋਂ ਉਹ ਦੀਵਾਰ ਮੋਢਿਆਂ ਤੱਕ ਆ ਗਈ ਤਾਂ ਫਿਰ ਨਾਜ਼ਮ ਨੇ ਕਿਹਾ, ਹਜੇ ਵੀ ਵੇਲਾ, ਮੁਸਲਮਾਨ ਬਣੋ ਤਾਂ ਛੁਟਕਾਰਾ ਹੁੰਦਾ ਹੈ, ਪਰ
ਕੀ ਉਹ ਨਾਜ਼ਮ ਦੀ ਗੱਲ ਮੰਨ ਗਏ? ਕਦੇ ਨਹੀਂ। ਸਗੋਂ ਉਸ ਵੇਲੇ ਸਾਹਿਬਜ਼ਾਦਿਆਂ ਦੇ ਮੂੰਹ ਚੋਂ ਇਹ ਆਵਾਜ਼ ਨਿਕਲੀ ਕਿ ਪਾਪੀ ਚਲਾ ਜਾ, ਸਾਡੇ ਮੱਥੇ ਨਾ ਲੱਗ ਤੇ ਆਪਣੇ ਇਸ ਪਾਪ ਦੇ ਕੰਮ ਨੂੰ ਛੇਤੀ ਪੂਰਾ ਹੋਣ ਦੇ। ਗੁਰੂ ਜੀ, ਜਦੋਂ ਮਾਤਾ ਗੁਜਰੀ ਜੀ ਇਸ ਪ੍ਰਕਾਰ ਦੀ ਖਬਰ ਸੁਣੀ ਤਾਂ ਉਹ ਕਿਲੇ ਦੇ ਵਿੱਚੋਂ ਛਾਲ ਮਾਰ ਕੇ ਮਰ ਗਏ। ਜਦੋਂ ਗੁਰੂ ਸਾਹਿਬ ਨੇ ਇਹ ਖਬਰ ਸੁਣੀ ਤਾਂ ਇੱਕ ਘੜੀ ਪ੍ਰਿਅੰਤ ਚੁੱਪ ਚਾਪ ਰਹੇ ਤੇ ਕੁਛ ਨਾ ਬੋਲੇ। ਫਿਰ ਆਖਿਆ ਕਿ ਉਹ ਤਾਂ ਸਦਾ ਹੀ ਜੀਵਦੇ ਹਨ, ਉਹਨਾਂ ਨੇ ਧਰਮ ਦੀ ਰੱਖਿਆ ਵਾਸਤੇ ਸਰੀਰ ਦਿੱਤੇ, ਪਰੰਤੂ ਮਾਸੂਮ ਬੱਚਿਆਂ ਨੂੰ ਨਿਰਦੋਸ਼ ਮਾਰਨਾ ਹਰ ਇੱਕ ਮਜ਼ਹਬ ਤੇ ਧਰਮ ਦੇ ਵਿਰੁੱਧ ਹੈ। ਨਾਜ਼ਮ ਨੇ ਇਹ ਬਹੁਤ ਭਾਰੀ ਭੁੱਲ ਕੀਤੀ ਹੈ, ਸੋ ਇਸਦਾ ਫਲ ਇਹ ਹੋਵੇਗਾ ਕਿ ਇਹ ਜ਼ੁਲਮ ਦਾ ਰਾਜ ਜਲਦੀ ਨਸ਼ਟ ਹੋ ਜਾਵੇਗਾ ਤੇ ਸ਼ਹਿਰਾਂ ਦੀਆਂ ਇੱਟਾਂ ਸਤਲੁਜ ਪਾਰ ਜਾਣਗੀਆਂ। ਸੋ ਸਭ ਸੱਚ ਹੋਇਆ, ਰਾਜ ਵੀ ਜਾਂਦਾ ਰਿਹਾ ਤੇ ਸਿੱਖਾਂ ਨੇ ਸਰਹਿੰਦ ਨੂੰ ਵੀ ਬਰਬਾਦ ਕਰਤਾ ਤੇ ਅੰਗਰੇਜ਼ਾਂ ਨੇ ਉੱਥੋਂ ਦੇ ਢੱਠੇ ਹੋਏ ਮਕਾਨ ਖਰੀਦ ਕੇ ਸਤਲੁਜ ਪਾਰ ਇੱਟਾਂ ਪਹੁੰਚਾਈਆਂ। ਮਾਝੇ ਦੇ ਸਿੱਖਾਂ ਗੁਰੂ ਸਾਹਿਬ ਦੇ ਕਸ਼ਟਾਂ ਦਾ ਹਾਲ ਸੁਣ ਕੇ ਗੁਰੂ ਸਾਹਿਬ ਦੇ ਵੱਲ 300-400 ਜਵਾਨ ਹਥਿਆਰਬੰਦ ਕਰਕੇ ਭੇਜੇ ਔਰ ਘਰ ਕਹਿ ਕੱਲਿਆ ਕਿ ਤੁਰਕਾਂ ਨਾਲ ਆਪ ਨੇ ਲੜਾਈ ਜੋ ਕੀਤੀ ਭਾਰੀ ਭੁੱਲ ਕੀਤੀ ਹੈ, ਹੁਣ ਆਪ ਕਿਹਾ ਮੰਨੋ ਤਾਂ ਪਾਤਸ਼ਾਹ ਦੇ ਨਾਲ ਆਪਦੀ ਸੁਲਾਹ ਕਰਾ ਦੇਈਏ। ਗੁਰੂ ਸਾਹਿਬ ਨੇ ਇਹ ਗੱਲ ਸੁਣ ਕੇ ਉੱਤਰ ਦਿੱਤਾ ਕਿ ਮੈਂ ਜਗਤ ਦਾ ਰਾਜ ਭੋਗਣ ਲਈ ਨਹੀਂ ਆਇਆ ਜੋ ਤੁਹਾਡੇ ਪਿੱਛੇ ਲੱਗਾ, ਮੈਂ ਤਾਂ ਪਿਤਾ ਦਾ ਹੁਕਮ ਮੰਨਣਾ ਹੈ। ਮੁਜੈਲ ਇਹ ਉੱਤਰ ਸੁਣ ਕੇ ਤੁਰੇ, ਰਸਤੇ 'ਚ ਉਹਨਾਂ ਨੂੰ ਪਤਾ ਲੱਗਿਆ ਕਿ ਨਵਾਬ ਸਰਹਿੰਦ ਕਈ ਹਜ਼ਾਰ ਫੌਜ ਲੈ ਕੇ ਗੁਰੂ ਜੀ ਦੇ ਨਾਲ ਲੜਨ ਆ ਰਿਹਾ ਹੈ। ਕੁਝ ਸਿੰਘਾਂ ਨੇ ਇਹ ਵਿਚਾਰ ਕੇ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਘੱਟ ਮਰੇ ਤਬੂ ਨਾ ਛਾਡੇ ਖੇਤ, ਆਪੋ ਵਿੱਚ ਸਲਾਹ ਕੀਤੀ ਜਦ ਇੱਕ ਦਿਨ ਜ਼ਰੂਰ ਮਰਨਾ ਹੈ ਤਾਂ ਇਉਂ ਨਾ ਤਾਂ ਗੁਰੂ ਦੇ ਤਾਂ ਹੋ ਮਰੀਏ। ਪਰ ਇਹ ਸੋਚ ਕੇ ਕੁਛ 40 ਕੁ ਪੁਰਖ ਇੱਕ ਤੀਵੀਂ ਨਿਕਲੇ, ਬਾਕੀ ਸਭ ਖਿਸਕ ਗਏ। ਜਿੱਥੇ ਅੱਜ ਕੱਲ ਮੁਕਤੀ ਸਰ ਹੈ, ਇੱਥੇ ਮੱਲਿਆਂ ਤੇ ਕੰਡਾਲਿਆਂ ਦਾ ਇੱਕ ਭਾਰੀ ਬੰਨ ਸੀ, ਇੱਥੇ ਮੋਰਚਾ ਬਣਾ ਲਿਆ। ਬਿਰਸ਼ਾਂਪੁਰ ਕੱਪੜੇ ਪਾ ਇਹ 40 ਕੁ ਲੁਕ ਕੇ ਬੈਠ ਗਏ। ਜਦੋਂ ਫੌਜ ਕੋਲੋਂ ਦੀ ਲੰਘਣ ਲੱਗੀ ਤਾਂ ਬੰਦੂਕਾਂ ਚਲਾਈਆਂ, ਤੁਰਕ ਸੈਨਾ ਡਾਢੀ ਘਬਰਾਈ, ਪਰ ਧਰਮੀ ਯੋਧਿਆਂ ਨੇ ਜੋਸ਼ ਨੂੰ ਕੌਣ ਰੋਕੇ। ਸਿੱਖ ਜਾਨਾਂ ਤੋੜ ਕੇ ਲੜੇ, ਜਦੋਂ ਸਮਾਨ ਮੁੱਕ ਗਿਆ ਤਾਂ ਤਲਵਾਰਾਂ ਲੈ ਕੇ ਜਾ ਘੁਸੇ। ਅਡਾਡੇ ਆਹੂ ਲਾਹੇ, ਦੋ ਕੁ ਕੋਹ ਪਰੇ ਇੱਕ ਟਿੱਬੇ ਪਰ ਗੁਰੂ ਜੀ ਬੈਠ ਕੇ ਦੇਖ ਰਹੇ ਸੀ। ਉਹਨਾਂ ਨੇ ਵੀ ਕੁਝ ਫੌਜ ਕੱਲੀ ਗੱਲ ਕੀ, ਹਜ਼ਾਰਾਂ ਸਿਪਾਹੀਆਂ ਮਰਵਾ ਕੇ ਸੂਬਾ ਤਾਂ ਨੱਸ ਗਿਆ, ਕਿਉਂਕਿ ਉਸਦੇ ਬੰਨ ਦੇ ਗਿਰਦੇ 30 ਕੋਹ ਤੱਕ ਪਾਣੀ ਤੇ ਖਾਣਾ ਨਹੀਂ ਸੀ ਤੇ ਫੌਜ ਫੁੱਟ ਗਈ, ਔਰ ਇੱਕ ਛੰਬ ਸੀ ਜੋ ਗੁਰੂ ਜੀ ਕੇ ਹੱਥ ਸੀ। ਹੁਣ ਗੁਰੂ ਜੀ ਉੱਥੇ ਆਏ ਔਰ 40 ਸਿੰਘਾਂ ਨੇ ਜੋ ਧਰਮ ਦੇ ਹੇਤ ਲੜ ਮੋੜ ਲਏ ਸੀ, ਮੂੰਹ ਪੂੰਝ ਪੂੰਝ ਕੇ ਅਸੀਸਾਂ ਦਿੱਤੀਆਂ ਤੇ 5,000 ਤੇ 10,000 ਕਿਹਾ। ਇਹਨਾਂ ਵਿੱਚੋਂ ਮਹਾਂ ਸਿੰਘ ਨਾਮੇ ਇੱਕ ਸਿੰਘ ਸਿਸਕ ਰਿਹਾ ਸੀ। ਗੁਰੂ ਜੀ ਨੇ ਮੂੰਹ 'ਚ ਪਾਣੀ ਪਾਇਆ ਤੇ ਜ਼ਰਾ ਹੋਸ਼ ਆਈ, ਤਦ ਗੁਰੂ ਜੀ ਨੇ ਕਿਹਾ ਕੁਛ ਵਰ ਮੰਗ। ਤਾਂ ਉਸ ਪ੍ਰੇਮੀ ਨੇ ਕਿਹਾ ਕਿ ਅਨੰਦਪੁਰ ਦੇ ਵਿੱਚ ਜੋ ਕਾਗਜ਼ ਸਿੱਖਾਂ ਨੇ ਬੇਦਾਵੇ ਦਾ ਲਿਖ ਦਿੱਤਾ ਸੀ ਉਹ ਪਾੜ ਕੇ ਟੁੱਟੀ ਗੰਢ ਲਓ। ਸੋ ਗੁਰੂ ਪਾਤਸ਼ਾਹ ਜੀ ਨੇ ਧੰਨ ਸਿੱਖੀ ਕਹਿ ਕੇ ਕਾਗਜ਼ ਪਾੜ ਦਿੱਤਾ। ਇੱਥੋਂ ਅੱਗੇ ਘਾਇਲ ਇਸਤਰੀ ਪਾਸ ਪਹੁੰਚੇ ਜੋ ਜੰਗ ਵਿੱਚ ਲੜਦੀ ਰਹੀ ਔਰ ਉਸਨੂੰ ਬਚਾਇਆ ਔਰ ਨਾਲ ਲੈ ਗਏ। ਦਿਨ ਚੜ੍ਹੇ, ਇਹਨਾਂ ਦਾ ਸੰਸਕਾਰ ਕਰਕੇ ਮੁਕਤੇ ਖਿਤਾਬ ਦਿੱਤਾ ਔਰ ਥਾਓ ਦਾ ਨਾਂ ਮੁਕਤਸਰ ਪੈ ਗਿਆ, ਜਿੱਥੇ ਹੁਣ ਨਗਰ ਵੱਸਦਾ ਹੈ ਤੇ ਮਾਘੀ ਦਾ ਮੇਲਾ ਲੱਗਦਾ ਹੈ। ਫਿਰ ਇੱਥੋਂ ਗੁਰੂ ਸਾਹਿਬ ਦੀਨੇ ਪਿੰਡ ਆਦਿਕਾਂ ਵਿੱਚੋਂ ਹੁੰਦੇ ਤੇ ਕਈ ਪ੍ਰਕਾਰ ਦੇ ਕੌਤਕ ਕਰਦੇ ਸ੍ਰੀ ਅਬਚਲ ਨਗਰ ਤਰਫ ਚੱਲੇ ਗਏ, ਉੱਥੇ ਸਤਸੰਗ ਦਾ ਪ੍ਰਚਾਰ ਕੀਤਾ। ਇੱਕ ਦਿਨ ਗੋਦਾਵਰੀ ਦੇ ਪਾਸ ਇੱਕ ਮਾਧੋਦਾਸ ਨਾਮੇ ਵਿਰਾਗੀ ਦਾ ਸਥਾਨ ਦੇ ਵਿੱਚ ਜਾ ਕੇ ਉਹਨਾਂ ਦੇ ਜਾਦੂ ਦੇ ਪਲੰਗ ਤੇ ਬੈਠੇ ਔਰ ਸਿੰਘਾਂ ਨੂੰ ਉਸਦੇ ਬੱਕਰੇ ਝਟਕਾ ਦੇਂਗਾ ਧਰ ਦਿੱਤੀਆਂ। ਵਿਰਾਗੀ ਕਿਤੇ ਬਾਹਰ ਗਿਆ ਹੋਇਆ ਸੀ, ਖਬਰ ਸੁਣ ਕੇ ਲੱਗਾ ਪਲੰਗ ਨੂੰ ਉਲਟਾਉਣ ਤੇ ਜ਼ੋਰ ਨਾਲ, ਪਰ ਕੋਈ ਵਾਹ ਨਾ ਗਈ। ਤਦ ਹੱਥ ਜੋੜ ਕੇ ਹਾਜ਼ਰ ਹੋਇਆ, ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਤੂੰ ਕੌਣ ਹੈ? ਉੱਤਰ ਦਿੱਤਾ, ਬੰਦਾ। ਗੁਰੂ ਸਾਹਿਬ ਨੇ ਕਿਹਾ, ਜੇ ਬੰਦਾ ਹੈ
ਤਾਂ ਸੇਵਾ ਕਰ। ਉੱਤਰ ਦਿੱਤਾ, ਸਿਰ ਤੱਕ ਆਪਦੇ ਹਾਜ਼ਰ ਹੈ। ਸੋ ਕੁਝ ਦਿਨ ਮਗਰੋਂ ਗੁਰੂ ਜੀ ਨੇ ਬੰਦੇ ਨੂੰ ਖਾਲਸੇ ਦਾ ਫੌਜੀ ਜਰਨੈਲ ਥਾਪ ਦਿੱਤਾ ਔਰ ਪੰਜ ਤੀਰ ਦੇ ਕੇ, ਇੱਕ ਤਲਵਾਰ ਦੇ ਕੇ, ਪੰਜ ਸਿੰਘ ਨਾਲ ਕਰਕੇ ਕਿਹਾ, ਜਾ ਧਰਮ ਯੁੱਧ ਕਰਕੇ ਦੇਸ਼ ਨੂੰ ਛੁਟਕਾਰਾ ਬਖਸ਼। ਪਰ ਦੇਖ, ਜਤੀ ਰਹੀ, ਗੁਰੂ ਨਾ ਬਣੀ, ਸੱਚ ਬੋਲੀ, ਸਰਬ ਖਾਲਸੇ ਦੀ ਸਲਾਹ ਵਿੱਚ ਰਹੀ। ਜੇ ਵਿਰੁੱਧ ਚੱਲਿਓ ਤਾਂ ਤੇਰੀ ਕੁਠਾਲੀ ਗਲ ਜਾਏਗੀ। ਸਤ ਬਚਨ ਕਰ, ਨੇਮ ਧਰ, ਸੀਸ ਨਿਵਾ। ਬੰਦਾ ਪੰਜਾਬ ਵਿੱਚ ਆਇਆ, ਦੱਖਣ ਵਿਖੇ ਵੀ ਗੁਰੂ ਜੀ ਦੇ ਮਹੱਤਤਾਈ ਦੀ ਧੁੰਮ ਪੈ ਗਈ ਔਰ ਸਤਨਾਮ ਦੇ ਉਪਦੇਸ਼ ਨੂੰ ਦੂਰੋਂ ਦੂਰੋਂ ਲੋਕੀ ਸੁਣਨ ਆਉਣ ਲੱਗੇ। ਲਿਖਿਆ ਹੈ ਕਿ ਬਹਾਦਰ ਸ਼ਾਹ ਨੇ ਗੋਲਕੁੰਡੇ ਜਾਂਦਿਆਂ ਗੁਰੂ ਕੀ ਹਾਜ਼ਰੀ ਭਰੀ। ਤਦ ਇੱਕ ਹੀਰਾ ਗੁਰੂ ਜੀ ਨੂੰ ਨਜ਼ਰ ਕੀਤਾ, ਗੁਰੂ ਜੀ ਨੇ ਨਦੀ ਦੇ ਵਿੱਚ ਸਿੱਟਤਾ। ਜਦੋਂ ਪਾਤਸ਼ਾਹ ਕੁਛ ਉਦਾਸ ਹੋਇਆ ਤਾਂ ਗੁਰੂ ਜੀ ਨੇ ਉਸਨੂੰ ਸਾਰਾ ਘਾਟ ਹੀਰਿਆਂ ਦਾ ਦਿਖਾਇਆ। ਥਾਂ ਦਾ ਨਾਂ ਹੀਰਾ ਘਾਟ ਪੈ ਗਿਆ। ਇੱਕ ਹੀ ਨਗੀਨਾ ਘਾਟ ਆਦਿਕ ਨਾਂ ਹੈ। ਪੰਜਾਬ ਦੇ ਵਿੱਚ ਹੁਣ ਖਬਰ ਆਈ ਕਿ ਬੰਦੇ ਨੇ ਖਾਲਸਾ ਇਕੱਠਾ ਕਰਕੇ ਤੁਰਕ ਦਮਨ ਦੇ ਕੰਮ ਵਿੱਚ ਖੂਬ ਤਰੱਕੀ ਕਰ ਲਈ ਹੈ। ਇੱਥੇ ਵੀ ਸ਼੍ਰੀ ਸਤਿਗੁਰੂ ਦੇ ਪਾਸ ਦੋ ਪਠਾਨ ਗੁਲਖਾਂ, ਅਤੁੱਲਾ ਖਾਂ ਨੌਕਰ ਸੇ, ਜਿਨ੍ਹਾਂ ਦੇ ਬਾਪ ਪੈਂਦੇ ਖਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਵਿੱਚ ਮਾਰਿਆ ਸੀ। ਇਹ ਦੋਵੇਂ ਪਠਾਨ ਹਮੇਸ਼ਾ ਤਾਂਕ ਵਿੱਚ ਰਹਿੰਦੇ ਸੀ ਕਿ ਜਦੋਂ ਹੀ ਮੌਕਾ ਮਿਲੇ ਤਦ ਉਹ ਆਪਣੇ ਬਾਪ ਦਾ ਬਦਲਾ ਲੈ ਲੈਣ। ਇੱਕ ਦਿਨ ਗੁਰੂ ਸਾਹਿਬ ਤੰਬੂ 'ਚ ਸੁੱਤੇ ਪਏ ਸੀ ਅਤੇ ਇਹਨਾਂ ਨੂੰ ਮੌਕਾ ਮਿਲ ਗਿਆ ਅਤੇ ਗੁਲਖਾਂ ਨਿਮਕ ਹਰਾਮ ਨੇ ਗੁਰੂ ਸਾਹਿਬ ਦੇ ਪੇਟ ਦੇ ਵਿੱਚ ਕਟਾਰੀ ਜਾ ਮਾਰੀ, ਜਿਸ ਕਰਕੇ ਜ਼ਖਮ ਆ ਗਿਆ ਔਰ ਜ਼ਖਮ ਜ਼ਰਾ ਨੂੰ ਬੁਲਾ ਕੇ ਸਿਵਾਇਆ ਗਿਆ। ਪਰੰਤੂ ਅਜੇ ਜ਼ਖਮ ਕੱਚਾ ਹੀ ਸੀ ਕਿ ਬਾਦਸ਼ਾਹ ਨੇ ਦੋ ਧਨੁੱਖ, ਦੋ ਦੋ ਟਾਂਕ ਤੇ ਗੁਰੂ ਸਾਹਿਬ ਦੇ ਪਾਸ ਭੇਜੇ। ਗੁਰੂ ਸਾਹਿਬ ਨੇ ਜਦ ਉਹਨਾਂ ਨੂੰ ਜ਼ੋਰ ਜ਼ੋਰ ਨਾਲ ਖਿੱਚਿਆ ਤਾਂ ਜ਼ਖਮ ਫਿਰ ਖੁੱਲ੍ਹ ਗਿਆ। ਜਦ ਕਿ ਜ਼ਰਾ ਨੇ ਮੁੜ ਸਿਉਣਾ ਚਾਹਿਆ ਪਰ ਗੁਰੂ ਸਾਹਿਬ ਨੇ ਫਿਰ ਨਾ ਸਵਾਇਆ। ਸੰਮਤ 1765 ਬਿਕਰਮੀ ਕੱਤਕ ਸੁਦੀ ਪੰਜ ਨੂੰ ਇਸ਼ਨਾਨ ਕਰਕੇ ਨਵੀਨ ਬਸਤਰ ਸਜਾਏ ਅਤੇ ਘੋੜੇ ਨੂੰ ਵੀ ਇਸ਼ਨਾਨ ਕਰਾ ਕੇ ਜ਼ੇਵਰ ਪੁਆਏ। ਆਪ ਸਭ ਬਸਤਰ ਸ਼ਸਤਰ ਪਹਿਨ ਕੇ ਦੀਵਾਨ ਲਗਾਇਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਕੇ 5 ਪੈਸੇ ਅਤੇ ਨਾਰੀਅਲ ਅੱਗੇ ਧਰ ਕੇ ਮੱਥਾ ਟੇਕ ਦਿੱਤਾ ਅਤੇ ਮੂੰਹੋਂ ਇਹ ਆਵਾਜ਼ ਕੀਤੀ, ਦੋਹਰਾ, ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਤੇ ਫਿਰ ਬਹੁਤ ਸਾਰਾ ਕੜਾਹ ਪ੍ਰਸ਼ਾਦ ਕਰਾ ਕੇ ਵਰਤਾਇਆ ਤੇ ਚੰਦਨ ਦੀ ਇੱਕ ਵੱਡੀ ਸਾਰੀ ਚਿਖਾ ਬਣਵਾਤੀ ਤੇ ਉਸਦੇ ਗਿਰਦ ਗਿਰਦ ਕਨਾਤ ਤਣਾ ਦਿੱਤੀ। ਜਦੋਂ ਆਪ ਘੋੜੇ ਪਰ ਸਵਾਰ ਹੋ ਕੇ ਚਿਖਾ ਵੱਲ ਆਏ ਤਾਂ ਸਭਨਾਂ ਨੇ ਸਿੱਖਾਂ ਨੇ ਆਖਿਆ ਕਿ ਕਨਾਤ ਦੇ ਅੰਦਰ ਕੋਈ ਨਾ ਆਵੇ ਤੇ ਸਾਡੀ ਚਿਖਾ ਕੋਈ ਨਾ ਫਰੋਲੇ ਤੇ ਸਾਡੀ ਸਮਾਧ ਕੋਈ ਨਾ ਬਣਾਵੇ। ਇਹ ਹੁਕਮ ਦੇ ਕੇ ਆਪ ਕਨਾਤ ਦੇ ਅੰਦਰ ਚਲੇ ਗਏ ਤੇ ਅੰਦਰੋਂ ਇਹ ਆਵਾਜ਼ ਆਈ, ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੰਤ ਵਿੱਚ ਗੁਰੂ ਸਾਹਿਬ ਦੇ ਅੱਗੇ ਪ੍ਰਾਰਥਨਾ ਕੀਤੀ ਜਾਂਦੀ ਹੈ ਕਿ ਹੇ ਕਲਗੀਧਰ ਮਹਾਰਾਜ, ਜਿਸ ਪ੍ਰਕਾਰ ਆਪਨੇ ਕਸ਼ਟ ਸਹਾਰ ਕੇ ਇਹ ਪੰਥ ਰਚਿਆ, ਉਸੇ ਤਰ੍ਹਾਂ ਆਪ ਇਸਦੇ ਲਈ ਹਮੇਸ਼ਾ ਸਹਾਈ ਹੋ ਕੇ ਬ੍ਰਿਧੀ ਕਰਦੇ ਰਹੋ ਤਾਂ ਆਪਣਾ ਦ੍ਰਿੜ ਵਿਸ਼ਵਾਸ ਇਨ੍ਹਾਂ ਦੇ ਹਿਰਦੇ ਦੇ ਵਿੱਚ ਭਰ ਦਿਓ ਕਿ ਜਿਸ ਕਰਕੇ ਇਹ ਲੋਕ ਤੁਹਾਡੇ ਉਪਕਾਰਾਂ ਨੂੰ ਯਾਦ ਕਰਕੇ ਸੱਚੇ ਸਿੱਖਾਂ ਸਿੰਘਾਂ ਬਣਨ ਦੀ ਕੋਸ਼ਿਸ਼ ਕਰ, ਤਨ ਮਨ ਅਤੇ ਧਨ ਦੀ ਕਰਦੇ ਰਹਿਣ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ।